ਅਮੀਰ ਮਲਿਕ ਹੁਣਾਂ ਨਾਲ ਅੱਜ ਅੰਮ੍ਰਿਤਸਰ 'ਚ ਬੈਠੇ ਹਾਂ। ਫਰਵਰੀ ਦੇ ਆਖਰੀ ਦਿਨ ਚੱਲ ਰਿਹਾ ਸਾਲ 2019। ਅਮੀਰ ਮਲਿਕ ਜੀ, ਕੁਝ ਗੱਲਾਂ ਆਪਾਂ ਪਹਿਲਾਂ ਕੀਤੀਆਂ, ਦੁਬਾਰਾ ਮਾਂ ਬੋਲੀ ਦੀਆਂ ਗੱਲਾਂ ਕਰਦੇ ਹਾਂ। ਠੀਕ, ਤੁਸੀਂ ਕਹਿ ਹੀ ਦਿੱਤਾ ਕਿ ਮਾਂ ਬੋਲੀ ਨੂੰ ਮੈਂ ਮਾਂ ਹੀ ਸਮਝਦਾ, ਬਸ ਇਸ ਤੋਂ ਵੱਧ ਮੈਂ ਇਹਦੇ ਬਾਰੇ 'ਚ ਕੀ ਕਹਾਂਗਾ। ਤੁਸੀਂ ਕੁਝ ਨਾ ਕੁਝ ਅੰਦਰ ਝੁਰਦੇ ਹੋ ਕਿ ਮਾਂ ਬੋਲੀ ਦੀ ਅੱਜ ਸਥਿਤੀ ਕਿੱਦਾਂ ਦੀ ਹੈ? ਬਹੁਤ ਬਹੁਤ ਵੱਡਾ ਦੁੱਖ ਹੈ, ਬਹੁਤ ਵੱਡਾ ਕਲਕ ਹੈ, ਬਹੁਤ ਵੱਡਾ ਰੋਣਾ ਹੈ। ਐਵੇਂ ਲੋਕ ਸ਼ੇਖੀ ਮਾਰਨ ਵਾਸਤੇ ਆਪਣੀ ਮਾਂ ਬੋਲੀ ਨੂੰ ਛੱਡ ਕੇ ਆਪ ਕਹਾਂ ਜਾਤੇ ਹੈ, ਬੈਠ ਜਾਏ ਆਪ, ਇਹ ਬੈਠ ਜਾਏ ਆਪ ਕਹਾਂ ਜਾਤੇ ਹੈ, ਇਹ ਕਿੰਨੀ ਕੁ ਸ਼ਾਬਾਸ਼ੀ ਵਾਲੀ ਗੱਲ ਹੈ। ਕਿਸੇ ਦੀ ਇਹ ਕਿਸੇ ਦੀ ਮਾਂ ਬੋਲੀ ਦੀ ਹੈ, ਇਹ ਬੋਲੀ ਕਿਸੇ ਦੂਸਰੇ ਦੀ ਮਾਂ ਬੋਲੀ ਹੈ। ਸਾਡੀ ਮਾਂ ਵੱਖਰੀ ਸੀ, ਜਾਂ ਤਾਂ ਉਸ ਮਾਂ ਨੂੰ ਜਿਹਨੇ ਜੰਮਿਆ ਮੁੱਕਰ ਜਾਓ, ਉਹ ਜਿਸ ਤਰ੍ਹਾਂ ਇੱਕ ਫਿਕਰਾ ਹੁੰਦਾ ਨਾ ਵੀ ਉਹ ਜੰਮ ਕੇ ਮੁੱਕਰ ਗਿਆ, ਅਸੀਂ ਜੰਮ ਕੇ ਮੁੱਕਰੇ ਹਾਂ। ਇਹ ਜੰਮ ਕੇ ਮੁੱਕਰਨ ਵਾਲੀ ਗੱਲ ਹੈ ਨਾ, ਕਿ ਜਦੋਂ ਮਾਂ ਨੇ ਜੰਮਿਆ ਤਾਂ ਉਹਨੇ ਕਿਹਾ ਮੇਰਾ ਪੁੱਤ ਸੋਹਣਾ, ਅੱਲਾ ਕਾਕਾ ਤੂੰ, ਤੇਰੇ ਬਹੁਤੇ ਪੈ ਗਈ ਜੂਨ, ਤੇਰੇ ਖਿਲਾਉਣ ਵਾਲੀਆਂ ਭਾਬੀਆਂ, ਇਹ ਸਾਨੂੰ ਲੋਰੀਆਂ ਮਿਲੀਆਂ, ਮਾਂ ਨੇ ਇਹ ਦਿੱਤਾ। ਅੱਗੋਂ ਜਦੋਂ ਪੁੱਤ ਵੱਡਾ ਹੋਇਆ, ਉਹਨੇ ਲੋਕਾਂ ਦਾ ਮਾਲ ਝੋਲੀ 'ਚ ਪਾ ਕੇ, ਇਹ ਕਿਉਂ ਕਿਸੇ ਦੀ ਪੱਗ ਮੰਗ ਕੇ ਹਮਲਾ ਉੱਚਾ ਕਰਦੇ ਹੋ? ਮੰਗੇ ਹੋਏ ਲੀੜਿਆਂ ਨਾਲ ਵਿਆਹ ਨਾ ਵੇਖੋ, ਜੋ ਤੁਹਾਡੇ ਗਾਲੇ ਉਹ ਪਾ ਲਓ, ਜੋ ਕੁਛ ਤੁਹਾਡੇ ਕੋਲ ਹੈਗਾ ਉਹ ਬੋਲੋ। ਇਸ ਇਹ ਮੈਨੂੰ ਤੁਸੀਂ ਪੁੱਛਿਆ ਵੀ ਇਹਦਾ ਤੁਹਾਨੂੰ ਕਲਕ ਦੁੱਖ ਪੀੜ ਇਹਦੀ ਜੜਦੇ ਹੋ, ਬਹੁਤ ਜਦੋਂ ਮੈਂ ਸੁਣਨਾ ਤਾਂ ਮੈਨੂੰ ਨਹੀਂ ਅੱਛੀ ਗੱਲ ਲੱਗਦੀ। ਚੰਗਾ ਭਲਾ ਪੰਜਾਬੀ ਦਾ ਖਾਨਦਾਨ ਵੀ ਹੋਏਗਾ ਉਰਦੂ ਬੋਲਣ ਡੈ, ਮੈਨੂੰ ਤਾਂ ਇਹ ਦੁੱਖ ਖਾਈ ਜਾਂਦਾ ਮੇਰੇ ਬੱਚੇ ਜਿਹੜੇ ਨੇ ਉਹ ਵੀ ਉਰਦੂ ਹੀ ਬੋਲਦੇ ਨੇ, ਪਰ ਉਹਨਾਂ ਦਾ ਕਸੂਰ ਕੋਈ ਨਹੀਂ, ਉਹ 'ਚ ਪੰਜਾਬੀ ਸਮਝਦੇ ਨੇ ਪੱਕੀ ਪੂਰੀ ਪੂਰੀ, ਕਦੀ ਕਦੀ ਬੋਲਦੇ ਵੀ ਨੇ, ਪਰ ਉਹਨਾਂ ਨੇ ਪੜ੍ਹਦੇ ਰਹੇ ਨੇ ਉਰਦੂ। ਜਿਹੜਾ ਝੋਰਾ ਵਾ ਜਾਂ ਜਿਹੜਾ ਰੋਣ ਆ, ਰੋਣਾ ਵਾ, ਹਾਂ ਉਹ ਤੁਪੇ ਕਿਵੇਂ? ਜਦੋਂ ਤੁਸੀਂ ਇਹ ਸਵਾਲ ਕੀਤਾ, ਤੁਹਾਡਾ ਮਤਲਬ ਇਹ ਤੇਰਾ ਜਿਹੜਾ ਅਫਸੋਸ, ਜਿਹੜਾ ਤੇਰਾ ਝੋਰਾ ਝੁਰਨਾ ਹੈ, ਇਹ ਮੁੱਕੇਗਾ ਕਿਸ ਤਰ੍ਹਾਂ? ਇਹ ਸਵਾਲ ਤੋਂ ਮੈਂ ਲਾਜਵਾਬ ਹਾਂ, ਇਹ ਸਵਾਲ ਤੋਂ ਮੈਂ ਲਾਜਵਾਬ ਹਾਂ ਕਿ ਮੁੱਕੇਗਾ ਕਿਸ ਤਰ੍ਹਾਂ। ਇਹ ਮੁੱਕੇ ਨਾ ਮੁੱਕੇ, ਮੈਂ ਇਹ ਰੋਣਾ ਰੋਈ ਜਾਣਾ, ਇਹ ਅੱਗੋਂ ਕੁਛ ਹੋਏ ਨਾ ਹੋਏ, ਉਹ ਇਸ ਪੈਲੀ 'ਚ ਫਸਲ ਉੱਗੇ ਨਾ ਉੱਗੇ, ਮੈਂ ਪਾਣੀ ਦੇ ਹੀ ਜਾਣਾ, ਚੌਂਕੀਦਾਰ ਰੌਲਾ ਪਾਉਂਦਾ ਮੈਂ, ਉਹ ਨਾ ਹੋਵੇ ਵੀ ਕਿ ਆਪਣਾ ਤੁਸੀਂ ਆਪਣੀ ਡਿਊਟੀ ਕਰੀ ਜਾਓ, ਲੋਕ ਆਪਣੀਆਂ ਬੁਰਾਈਆਂ ਕੁਛ ਪਏ ਨੇ, ਲੇਕਿਨ ਮੈਨੂੰ ਮੈਂ ਕਿਸੇ ਨੂੰ ਇਹ ਤਾਂ ਨਹੀਂ ਕਰ ਸਕਦਾ ਕਿਸੇ 'ਤੇ ਕੇਸ ਕਰ ਦਿਆਂ, ਕਿਸ ਤਰ੍ਹਾਂ ਹਟਾਵਾਂ ਕਿਸੇ ਨੂੰ। ਹੁਣ ਇੰਜ ਜ਼ਿਆਦਾ ਤੁਸੀਂ ਅੱਜ ਸੁਣਿਆ ਇੰਨੇ ਲੋਕ ਬੈਠੇ ਸਨ, ਹਾਂ ਜਾਂ ਮੈਂ ਉਹ ਗੱਲ ਸੁਣਾਈ ਸੀ, ਫਿਰ ਤੁਸੀਂ ਕਹੋਗੇ ਮੈਂ ਤੁਹਾਡੀਆਂ ਗੱਲਾਂ ਮੈਂ ਨਹੀਂ ਸੁਣੀਆਂ, ਅਤੇ ਮੈਨੂੰ ਫਿਰ ਸੁਣਾ ਦਿਓ। ਇੱਥੇ ਇਸ ਜਗ੍ਹਾ 'ਤੇ ਬੈਠੇ ਸਾਂ, ਇੱਕ ਮਾਂ ਪਿਓ ਆਏ, ਉਹਨਾਂ ਨੇ ਆਣ ਕੇ ਕਿਹਾ ਜੀ ਸਾਡੀ ਧੀ ਨੂੰ ਕਿਸੇ ਨੇ, ਕੁਲਦੀਪ ਕਸਿੰਦਰ ਕੌਰ ਕੇ ਹਰੇ ਕਿਹੜੀ ਸਿੱਧੂ ਨੇ ਸਾਡੀ ਧੀ ਨੂੰ ਉੱਥੇ ਉਹ ਹਿੰਦੀ ਬੋਲਦੀ ਹੈ, ਉਰਦੂ ਬੋਲਦੀ ਹੈ, ਅਤੇ ਉਹ ਆਉਂਦੀ ਹੈ, ਇਹ ਤਾਂ ਜਾਲਾਂ ਦੀ ਬੋਲੀ ਹੈ, ਅਤੇ ਸਾਡੀ ਧੀ ਨੂੰ ਵੀ ਇਹ ਗੱਲ ਪੈ ਗਈ ਹੈ, ਉਹਦੇ ਉਹਨੂੰ ਡੰਗ ਵੱਜ ਗਿਆ ਕਿਸੇ ਬਗਾਨੀ ਬੋਲੀ ਦਾ, ਉਹ ਘਰ 'ਚ ਵੀ ਹੁਣ ਹਿੰਦੀ ਅੰਗਰੇਜ਼ੀ ਬੋਲਦੀ ਹੈ, ਉਹਨੂੰ ਅਸੀਂ ਮਰ ਗਏ ਪਿੱਟ ਕੇ, ਅਤੇ ਉਹਦਾ ਹੀ ਕਰੀਏ। ਮੈਂ ਕਿਹਾ ਉਹਨੂੰ ਲੈ ਆਓ ਮੇਰੇ ਕੋਲ। ਅਗਲੇ ਦਿਨ ਆ ਗਏ, ਇੱਥੇ ਬੈਠੀ ਸੀ, ਮੈਂ ਇੱਥੇ ਬੈਠਾ ਸਾਂ, ਮੈਂ ਉਹਨੂੰ ਗੱਲਾਂ ਦੱਸੀਆਂ ਉਹਨੂੰ, ਮੈਂ ਕਿਹਾ ਪੁੱਤ ਤੇਰੀ ਦਾਦੀ ਨਾਨੀ ਹੈਗੇ ਮਰ ਗਏ ਨੇ? ਹਾਂ ਮਰ ਗਏ। ਮੈਂ ਕਿਹਾ ਉਹ ਜਿੱਥੇ ਵੀ ਹੈਗੇ ਨੇ ਰੋਣ ਡਏ ਨੇ ਕਿ ਸਾਡੀ ਪੋਤਰੀ ਕੀ ਕਰਨ ਡਈ ਹੈ, ਸਾਡੀ ਪੋਤਰੀ ਸਾਡੀ ਮਾਂ ਬੋਲੀ ਭੁੱਲ ਗਈ ਹੈ, ਤੂੰ ਆਪਣੀ ਦਾਦੀ ਦੀ ਇੱਜ਼ਤ ਨਹੀਂ ਕਰਦੀ, ਆਪਣੀ ਨਾਨੀ ਦੀ ਇੱਜ਼ਤ ਨਹੀਂ ਕਰਦੀ, ਹੈ ਤੇਰੇ ਮਾਂ ਪਿਓ ਦੀ ਇੱਜ਼ਤ ਨਹੀਂ ਕਰਦੀ, ਅਤੇ ਤੂੰ ਇਹ ਸਮਝਾ ਮੈਨੂੰ ਕਿ ਤੈਨੂੰ ਇਹ ਕਿੰਨੇ ਕਹਿਤਾ ਸੀ ਬੋਲੀ ਬੋਲ? ਮੈਂ ਕਿਹਾ ਮੈਂ ਤੇਰੇ ਸਾਹਮਣੇ ਬੈਠਾ ਹਾਂ,
ਮੇਰੇ ਕੋਲ ਪੈਸੇ ਵੀ ਹੈਗੇ ਨੇ, ਮੈਂ ਕੱਪੜੇ ਵੀ ਚੰਗੇ ਪਾਏ ਨੇ, ਮੈਂ ਐਡੇ ਸਾਰੇ ਹੋਟਲ 'ਚ ਵੀ ਬੈਠਾ ਹਾਂ, ਅਤੇ ਮੈਂ ਕਿਉਂ ਪੰਜਾਬੀ ਬੋਲਣਾ? ਮੈਨੂੰ ਕੀ ਤਕਲੀਫ ਹੈ? ਮੈਂ ਜਾਹਲ ਕਿਉਂ ਹਾਂ? ਤੇਰਾ ਖਿਆਲ ਹੈ ਮੈਂ ਪਾਗਲ ਹਾਂ? ਪੁੱਤ ਤੇਰੀ ਨਾਨੀ ਰੋ ਰਹੀ ਆ। ਮੈਂ ਫਿਰ ਉਹਨੂੰ ਜਜ਼ਬਾਤ ਦੀ ਅੱਗ ਲਾਈ ਨਾ, ਤੀਲੀ ਲਾਈ ਉਹਨੂੰ ਮੈਂ। ਮੈਂ ਕਿਹਾ ਪੁੱਤ ਤੇਰੀ ਨਾਨੀ ਰੋ ਰਹੀ ਹੈ ਕਿ ਸਾਡੀ ਦੋਹਤੀ ਕੀ ਕਰ ਰਹੀ ਹੈ, ਤੇਰੀ ਦਾਦੀ ਰੋ ਰਹੀ ਹੈ ਕਿ ਸਾਡੀ ਬੋਲੀ ਭੁੱਲ ਗਏ ਨੇ, ਉਹਨਾਂ ਦੇ ਮਰਨ ਤੋਂ ਬਾਅਦ ਤੂੰ ਉਹਨਾਂ ਦਾ ਇਹ ਹਾਸ਼ਰ ਕਰ ਰਹੀ ਹੈ। ਬੇਟਾ ਇਹ ਤਾਂ ਸਾਰੇ ਜ਼ਿਆਦਾ ਉਹ ਇੰਜ ਰੋਈ, ਰੱਜ ਕੇ ਰੋਈ, ਰੋ ਪਈ। ਮੈਂ ਉਹਨਾਂ ਨੂੰ ਕਿਹਾ, ਔਰ ਮਾਂ ਪਿਓ ਬੈਠਾ, ਮੈਂ ਕਿਹਾ ਜੀ ਇਹਨੂੰ ਮੈਂ ਚੌਕੀ ਖਿਡਾਤੀ ਹੈ, ਮੈਂ ਸੌਲੀਆ ਤਾਂ ਨਹੀਂ ਪਰ ਮੈਂ ਇਹਦੀ ਚੌਂਕੀ ਖਿਡਾਤੀ ਹੈ, ਹੁਣ ਇਹ ਸਾਰੀ ਉਮਰ ਸਿਰ ਮਾਰਦੀ ਰਹੇਗੀ, ਕਿਉਂਕਿ ਮੈਂ ਜੋ ਕੁਛ ਕਿਹਾ ਇੱਥੋਂ ਕਿਹਾ। ਮੈਂ ਮੌਲਵੀ, ਮੁੱਲਾਂ, ਭਾਈ, ਪੰਡਿਤਾਂ ਵਾਲੀਆਂ ਤਕਰੀਰਾਂ ਨਹੀਂ ਕਦੀ ਕੀਤੀਆਂ। ਉਹ ਅਗਰ ਉਹ ਪੰਡਿਤ, ਭਾਈ, ਮੁੱਲਾਂ ਜੋ ਕੁ ਆਖਣ ਡੇ ਨੇ, ਜੋ ਉਹਨਾਂ ਦੀ ਗੱਲ ਕਿਸੇ 'ਚ ਬਹਿੰਦੀ ਹੋਵੇ ਤਾਂ ਇਹ ਸੰਸਾਰ, ਇਹ ਦੁਨੀਆ ਜੰਨਤ ਬਣ ਜਾਏ ਜੋ ਕੁਛ ਉਹ ਆਉਂਦੇ ਨੇ। ਲੇਕਿਨ ਉਹ ਕਹਿ ਕੇ ਬਾਹਰ ਨਿਕਲਦੇ ਨੇ ਅਤੇ ਇਹੋ ਹੀ ਪਤਾ ਲੱਗਦਾ ਵੀ ਇਹ ਕੀ ਤਮਾਸ਼ਾ ਕਰਕੇ ਚਲੇ ਗਏ ਨੇ। ਮੈਂ ਕਿਹਾ ਜੀ ਮੈਂ ਇੱਥੋਂ ਬੋਲਿਆ ਔਰ ਉਹ ਰੋਈ ਆ, ਔਰ ਮੇਰੀਆਂ ਲਿਖਤਾਂ ਪੜ੍ਹ ਕੇ ਵੀ ਲੋਕ ਰੋਂਦੇ ਨੇ, ਔਰ ਰੋਂਦੇ ਤਾਂ ਨੇ ਜਦੋਂ ਮੈਂ ਲਿਖ ਰਿਹਾ ਹੁੰਦਾ, ਮੈਂ ਵੀ ਰੋਣਾ। ਮੈਂ ਹਰ ਕਹਾਣੀ 'ਤੇ ਰੋਇਆ। ਅੱਛਾ ਉਹ ਲਓ ਜੀ, ਉਹ ਚਲੇ ਗਏ। ਅਗਲੇ ਦਿਨ ਫਿਰ ਉਹ ਵਿਚਾਰੇ ਆਏ। ਮੈਂ ਕਿਹਾ ਹੁਣ ਇਹ ਸਾਰੀ ਉਮਰ ਸਿਰ ਮਾਰਦੀ ਰਹਿ ਗਈ, ਮੈਂ ਇਹਦੀ ਚੌਂਕੀ ਖਿਡਾ ਲਈ ਹੈ। ਸੌਲੀਆ ਆਉਂਦੇ ਨੇ ਜਿਹੜੇ ਜਾਦੂ ਜੜੀਆਂ ਕੱਢਦੇ, ਸੌਲੀਆ ਔਲੀਆ ਆਉਂਦੇ ਇੱਥੇ, ਉਹਨੂੰ ਪੰਜਾਬੀ ਦੇ ਵਿੱਚ ਉਹਨੂੰ ਪਤਾ ਨਾ, ਉਹਦਾ ਮੇਰਾ ਉਸਤਾਦ ਬੈਠਾ ਹੈ। ਸੌਲੀ ਆਉਂਦੇ ਨੇ ਜਿਹਨੂੰ ਕਿਸੇ ਨੇ ਤਵੀਤ ਪਾਏ ਹੋਣ, ਜਾਂ ਚੰਬੜੀ ਗਈ ਹੋਵੇ, ਜਾਂ ਚਿੜੇਲ ਚੰਬੜੀ ਹੋਏ, ਜਾਂ ਜੇ ਹੋਏ, ਅਤੇ ਉਹਨੂੰ ਚੌਂਕੀ ਖਿਡਾਉਂਦੇ ਨੇ। ਉਹ ਇੰਜਣ ਕਰਦਾ, ਉਹ ਜਿਹੜੇ ਖਿਡਾਉਣ ਵਾਲੇ ਨੇ ਉਹਨਾਂ ਨੂੰ ਆਉਂਦੇ ਨੇ ਸੌਲੀਏ। ਮੈਂ ਕਿਹਾ ਜੀ ਹੁਣ ਸੌਲੀ ਹੈ ਮੈਂ, ਅਤੇ ਇਹਨੂੰ ਮੈਂ ਚੌਂਕੀ ਖਿਡਾਤੀ ਹੈ, ਸਾਰੀ ਉਮਰ ਸਿਰ ਮਾਰੇਗੀ। ਅਗਲੇ ਦਿਨ ਆਣ ਕੇ ਉਹਨਾਂ ਨੇ ਕਿਹਾ ਜੀ ਰੱਬ ਤੁਹਾਡਾ ਭਲਾ ਕਰੇ, ਸਾਡੀ ਕੁੜੀ ਨੇ ਘਰ ਜਾ ਕੇ ਕਿਹਾ ਖਬਰਦਾਰ ਕੋਈ ਦੁਨੀਆ ਇੱਧਰ ਦੀ ਇੱਧਰ, ਮੈਂ ਜਿੰਨਾ ਚਿਰ ਜੀਵਾਂਗੀ ਪੰਜਾਬੀ ਬੋਲਾਂਗੀ। ਉਹ ਮੈਂ ਇੱਕ ਹੀ ਬੰਦਾ ਠੀਕ ਕਰ ਦਿੱਤਾ ਅਤੇ ਮੇਰਾ ਮਿਹਨਤ ਵਾਰੇ ਆ ਗਈ। ਠੀਕ ਹੈ, ਇਹ ਗੱਲ ਵੀ ਮੈਂ ਉੱਥੇ ਕੀਤੀ ਸੀ। ਹੁਣ ਤੁਸੀਂ ਅੱਗੋਂ ਸਵਾਲ ਕਰ ਲਓ। ਇਹਦੇ ਵਿਚਾਲੇ ਜਿਹੜੀ ਜੜ ਆ ਗੱਲ ਦੀ, ਉਹ ਕਹਿੰਦੇ ਅਹਿਸਾਸੇ ਕੰਤਰੀ ਹੁੰਦੀ ਆ, ਇਹੋ ਹੀ ਉਹਦੇ 'ਤੇ ਆਈ ਭਾਈ ਯਾਰ। ਹਾਂ ਉਹ ਇਹ ਮੈਨੂੰ ਵੀ ਪਤਾ ਇਹੋ ਹੀ ਗੱਲ, ਅਤੇ ਉੱਥੇ ਮੈਂ ਇਹ ਵੀ ਗੱਲ ਸੁਣਾਈ ਸੀ। ਮੈਂ ਕਿਹਾ ਜਿਨ੍ਹਾਂ ਕੋਲ ਚਾਰ ਪੈਸੇ ਨੇ ਨਾ, ਉਹ ਆਉਂਦੇ ਨੇ ਅਸੀਂ ਡਿਵੈਲਪ ਹੋ ਗਏ ਹਾਂ, ਅਸੀਂ ਅੱਗੇ ਵੱਧ ਗਏ ਹਾਂ, ਅਸੀਂ ਹੁਣ ਐਡਵਾਂਸ ਹੋ ਗਏ ਹਾਂ, ਅਸੀਂ ਤਾਂ ਬਹੁਤ ਉੱਚੇ ਪਹੁੰਚ ਗਏ ਹਾਂ, ਇਹ ਜਿਹੜੇ ਪਿੰਡਾਂ ਦੇ ਵਿੱਚ ਬਕ ਬਕ ਕਰਨ ਡਿਆ ਅਸੀਂ ਕਿਉਂ ਬੋਲੀਏ? ਇਹਨੂੰ ਆਉਂਦੇ ਨੇ ਇਨਫੈਰਿਟੀ, ਹੀਣਤਾ, ਕੰਮਦਰਫੀ। ਠੀਕ ਹੈ, ਇਹ ਇਹਦੇ ਵਿੱਚ ਉਹ ਆਪਣੀ ਸ਼ੋਧਪੁਣਾ ਨਾ, ਸ਼ੋਧਪੁਣਾ। ਸਾਡੇ ਇੱਥੇ ਨਹੀਂ ਪਤਾ, ਇੱਥੇ ਨਹੀਂ ਹੈਗਾ, ਸਾਡੇ ਪਾਕਿਸਤਾਨ ਦੇ ਵਿੱਚ ਕਾਰ ਦੇ ਉੱਤੇ ਲਿਖਿਆ ਹੋਏਗਾ ਨੰਬਰ ਦੀ ਪਲੇਟ ਦੇ ਅੱਗੇ MP। ਅੱਛਾ, ਵੱਡੀਆਂ ਵੱਡੀਆਂ ਕਾਰਾਂ 'ਤੇ ਲਿਖਿਆ ਹੁੰਦਾ ਉੱਥੇ MNA, MP, ਅਤੇ ਛੋਟੇ ਛੋਟੇ ਨੇ ਕਿਸੇ ਨੇ ਕੌਂਸਲਰ। ਇੱਕ ਮੋਟਰਸਾਈਕਲ ਮੈਂ ਵੇਖਿਆ, ਪਟੀਚਰ ਜਿਹਾ ਪਿਛਲੋਂ ਟੁੱਟਣ ਨੂੰ ਫਿਰੇ ਗੱਦੀ ਉਹਦੀ, ਉਹਦੇ ਚੀਥੜੇ ਨਿਕਲੇ, ਉਹਦੀਆਂ ਬੋਟੀਆਂ ਲਮਕੀਆਂ, ਅਤੇ ਉਹਨੇ ਪਿੱਛੇ ਲਿਖਿਆ ਹੈਡ ਕਲਰਕ। ਲੱਖ ਦੀ ਲਾਨਤ ਹੈ ਤੇਰੇ, ਤੇਰੀ ਪੋਸਟ 'ਤੇ, ਤੂੰ ਕਿਹੜਾ CIS ਹੋ ਗਿਆ, ਅਤੇ ਬੜੀ ਵੱਡੀ ਪੋਸਟ ਹੈ ਅਮਾਨ ਮੋਟਰਸਾਈਕਲ ਦੇ ਪਿੱਛੇ ਲਿਖਿਆ। ਇਹ ਸਾਰੀਆਂ ਹੀ ਇਹ ਇਹ ਇੱਕ ਅਹਿਸਾਸ ਕਮਤਰੀ ਹੈ, ਇਹੋ ਹੀਣਤਾ ਹੈ। ਉਹ ਫਿਰ ਕੀ ਲਿਖਦਾ ਪੰਜਾਬੀ 'ਚ? ਨਾ ਹੀ ਲਿਖਦਾ ਨਹੀਂ, ਅਤੇ ਉਹਨੂੰ ਆਉਂਦੇ ਉਹਨਾਂ ਨੇ ਕੀ ਲਿਖਦਾ? ਉਹ ਲਿਖੇ ਕਿਉਂ? ਜੇ ਤਾਂ ਮੈਂ DC ਹੋਵਾਂ ਨਾ, ਅਤੇ ਬੂਹੇ ਅੱਗੇ ਲਿਖਿਆ ਹੋਵੇ ਵੀ ਅਮੀਨ ਮਲਿਕ, ਡਿਪਟੀ ਕਮਿਸ਼ਨਰ ਫਰੀਦਕੋਟ, ਅਤੇ ਜੇ ਮੈਂ ਲਿਖਾਂ ਚਪੜਾਸੀ,
ਮੁਹੰਮਦ ਅਮੀਨ ਚਪੜਾਸੀ ਕਚਹਿਰੀਆਂ ਦਾ, ਠੀਕ ਹੈ, ਉਹਨੂੰ ਪੁੱਛ ਤੂੰ ਇਹ ਲਿਖ ਕੇ ਤੈਨੂੰ ਕਿਹੜਾ ਕਿਸੇ ਨੇ, ਜਾਂ ਤਾਂ ਕਹੋ ਨਾ ਵੀ ਹੈੱਡ ਕਲਰਕ ਪੜ੍ਹ ਕੇ ਨਾਲ ਹੀ ਸਲੂਟ ਮਾਰਨਾ ਕਿਸੇ ਨੇ, ਉਹ ਸਵਾਏ ਧਾਰਾ ਦੇਣ ਜਿੱਥੇ ਜਿੱਥੇ ਫਿਰਦਾ ਪਿੱਛੇ ਲਾਹਨਤਾਂ ਤੁਰੀਆਂ ਫਿਰਦੀਆਂ ਨੇ ਉਹਦੇ, ਫਿੜੇ ਮੂਤਰ ਆ ਫਿੜੇ ਮੂਤਰ, ਉਹ ਫਿੜੇ ਮੂੰਹ ਖੋਣ ਵਾਸਤੇ ਲਿਖਿਆ ਸੀ ਉਹਨੇ। ਸੋ ਗੱਲ ਇਵੇਂ ਇਹ ਹੀਣਤਾ ਜਿਹੜੀ ਹੈ ਨਾ ਇਹ ਹੋਈ ਹੈ, ਇਹਨਾਂ ਨੂੰ ਲੱਗਦਾ ਹੈ ਮੈਂ ਕਹਿੰਦਾ ਮੈਂ ਲਿਖਿਆ ਤਾਂ ਤੁਸੀਂ ਪੜ੍ਹ ਲਿਆਉਣਾ। ਇਸ ਹੋਟਲ ਦੇ ਥੱਲੇ ਦੁਕਾਨਾਂ ਨੇ ਬੜੀਆਂ ਸੋਹਣੀ ਜਿਹੀਆਂ ਕੱਪੜੇ ਦੀਆਂ ਫੈਸ਼ਨੀ ਜਿਹੀਆਂ, ਉੱਥੇ ਮੈਂ ਬੈਠਾ ਐਵੇਂ, ਮੈਂ ਉੱਥੇ ਆਏ ਜੀ ਇੱਕ ਜੋੜਾ ਆਇਆ ਸਰਦਾਰ ਜਿਹਾ, ਬੋੜੀ ਮੁੱਛਾਂ ਨੂੰ ਪਾਣ ਛਾਣ ਲਾਈ ਉਹਨੇ ਕੋਈ ਪਿਛ ਦੀ ਜਿਹੜੀ, ਅਸੀਂ ਪੇਜ ਦੀ ਪਿਛ ਦੀ ਪਾਣ ਲਾਉਂਦੇ ਹੁੰਦੇ ਸਾਨੂੰ ਤਾਂ ਭਾਣ ਤੁਹਾਨੂੰ ਤਾਂ ਪਤਾ ਹੈ, ਹੁਣ ਖਰੇ ਕਾਹਦੇ ਮਿਲਦੀ, ਹੁਣ ਜੈਲਾਂ ਨੇ ਉਦੋਂ ਪਿਛ ਦੀ ਹੁੰਦੀ ਸੀ ਪਗੜੀ ਨੂੰ ਪਿਛ ਦੀ ਮਾਇਆ ਲਾਉਣੀ, ਅਤੇ ਬੜੇ ਆਕੜੀ ਉਕੜੇ ਆਏ ਤੋਂ ਆਦੇ ਇਹ ਕਿਆ ਬਹੁ ਵੇਚਤੇ ਹੈ, ਇਹ ਕਿਤਨੇ ਗਦ ਮਿਲੇਗਾ ਕਿਤਨੇ ਕਿਤਨੇ ਗਏ ਸਦਕੇ ਜਾਵਾਂ। ਇਹ ਇਹ ਜਿਹੜਾ ਬੰਦੇ ਦੀ ਖਸਲਤ ਹੋਵੇ ਨਾ, ਜਿਸ ਬੰਦੇ ਦੀ ਪਿੱਛੋਂ ਖਨਵਾਦਾ ਚੰਗਾ ਹੋਵੇ, ਉਹ ਨਹੀਂ ਆਪਣੀ ਪੁੰਜ ਬਦਲਦਾ, ਮੂਲ ਨਹੀਂ ਛੱਡਦਾ, ਉਹ ਨਹੀਂ ਆਪਣਾ ਛੱਡਦਾ, ਉਹਨੂੰ ਪਤਾ ਮੈਂ ਆਪ ਹੀ ਚੰਗਾ, ਜੋ ਮੈਂ ਬੋਲਣਾ ਮੈਂ ਠੀਕ ਹੈ, ਮੈਨੂੰ ਕੋਈ ਅਹਿਸਾਸ ਨਹੀਂ। ਅਤੇ ਦੂਸਰੀ ਗੱਲ ਉੱਥੇ ਮੈਂ ਇਹ ਸੁਣਾਈ ਸੀ ਵੀ ਪਿੰਡ ਜਿਹੜੀ ਮਾਛੀ ਹੁੰਦੇ ਨਾ ਤੰਦੂਰ ਤਾਂ ਆ ਕੇ ਰੋਟੀਆਂ ਵੇਚਦੇ ਅਤੇ ਨਾਲ ਦਾਲ ਮੁਫਤ ਅਤੇ ਰੋਟੀਆਂ, ਦਾਲ ਦੇ ਪੈਸੇ ਕੋਈ ਨਹੀਂ ਰੋਟੀਆਂ ਦਿੰਦੇ ਹੋ, ਉਹ ਬੰਦਾ ਮਾਛੀ ਚਲਾ ਜਾਏ ਨਾ ਕਿਤੇ ਸ਼ਹਿਰ ਦੇ ਵਿੱਚ ਅਤੇ ਉੱਥੇ ਜਾ ਕੇ ਲੱਕੜਾਂ ਦਾ ਟਾਲ ਪਾ ਲੈ, ਅਤੇ ਜਦੋਂ ਚਾਰ ਪੈਸੇ ਆ ਜਾਣ ਰੋਟੀ ਆਟੇ ਚੰਗਾ ਭਲਾ ਪੀਪੇ 'ਚ ਠੀਕ ਹੋਵੇ, ਰੋਟੀ ਰੋਟੀ ਦੋ ਟਾਈਮ ਦੀ ਚੰਗੀ ਮਿਲਦੀ ਹੋਵੇ, ਅਤੇ ਮੈਂ ਕਿਹਾ ਉਹੜੀ ਫਤੋਂ ਮਾਛਣੇ ਨਾ ਉਹ ਸ਼ਾਮ ਨੂੰ ਡੈ ਪੈਂਦੀ ਹੈ ਕਹਿਣ ਵੇ ਮਮਦੀਨ ਵੇ ਤੂੰ ਕਿਆ ਕਰਦਾ ਹੈ, ਆ ਤੇਰਾ ਪਿਓ ਕੁੱਕੜ ਤਾੜੇਗਾ, ਆਉਂਦੀ ਉਹਨੂੰ ਹੈ ਨਹੀਂ, ਲੇਕਿਨ ਉਹ ਆਉਂਦੀ ਵੀ ਮੈਂ ਰੋਟੀ ਰੱਜ ਕੇ ਖਾਂਦੀ ਹਾਂ ਅਤੇ ਮੈਂ ਵੀ ਪੰਜਾਬੀ ਬੋਲਾਂ ਕਿਉਂ ਬੋਲਾਂ। ਸੋ ਇਹ ਵੀ ਮੈਂ ਗੱਲ ਕੀਤੀ ਸੀ ਅਤੇ ਉਹ ਤੁਸੀਂ ਆਪ ਹੀ ਕਹਿਤਾ ਵੀ ਹੀਣਤਾ ਹੈ, ਅਸਾਸੇ ਕਮਤਰੀ ਹੈ, ਇਨਫਰੈਰਿਟੀ ਹੈ। ਹੁਣ ਥੋੜ੍ਹੇ ਜਿਹੇ ਆਪਾਂ ਮੁਲਕਾਂ ਦੇ ਹਿਸਾਬ ਨਾਲ ਵੀ ਗੱਲ ਕਰੀਏ। ਆਹ ਕਰੋ ਜੀ ਕਰੋ। ਇੰਝ ਰਾਤ ਚਲੀਏ ਜਾਣਾ। ਅੱਛਾ।